ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਉਪਰੰਤ ਸਮੂਹ ਨਗਰ ਨਿਵਾਸੀ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਪੰਜਾਬ ਕਿਸਾਨ ਯੂਨੀਅਨ ਵੱਲੋਂ ਕਿ ਆਪਣੇ ਪੂਰੇ ਭਾਰਤ ਦੀਆਂ 250 ਕਿਸਾਨ ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਕਰਨਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਵੀ ਸਾਡੇ ਸਿਰ ਜਿਹੜਾ ਕਰਜ਼ਾ ਚੜ੍ਹਿਆ ਉਹਦੇ 'ਤੇ ਲਕੀਰ ਵੱਜੇ, ਸਾਡੀਆਂ ਸਾਰੀਆਂ ਫਸਲਾਂ ਖਰੀਦੀਆਂ ਜਾਣ ਅਤੇ ਫਸਲਾਂ ਦਾ ਰੇਟ 1.5 ਗੁਣਾ ਹੋਵੇ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ, ਅਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਹੈ ਜਿਹੜੀ ਉਹ ਦਿਨ ਸਮੇਂ ਮਿਲੇ। ਜਿਹੜਾ ਵੀ ਕਿਸਾਨ 60 ਸਾਲ ਦਾ ਹੋ ਗਿਆ, ਉਹ ਚਾਹੇ ਔਰਤ ਹੈ ਚਾਹੇ ਮਰਦ ਹੈ, ਉਹਦੀ 1 ਮਹੀਨੇ ਦੀ ਪੈਨਸ਼ਨ ਹੈ ਜਿਹੜੀ 10,000 ਰੁਪਈਆ ਮਿਲੇ। ਆਵਾਰਾ ਪਸ਼ੂਆਂ ਤੋਂ ਖਾਸ ਕਰਕੇ ਅਮਰੀਕੀ ਢੱਠਿਆਂ ਤੋਂ ਖਹਿੜਾ ਛੁੱਟੇ, ਤਾਂ ਇਹਦੇ ਨਾਲ ਹੋਰ ਬਹੁਤ ਸਾਰੀਆਂ ਕਿਸਾਨ ਮੰਗਾਂ ਨੂੰ ਲੈ ਕੇ ਦੇਸ਼ ਦੀਆਂ 250 ਜਥੇਬੰਦੀਆਂ ਵੱਲੋਂ 8 ਜਨਵਰੀ ਨੂੰ ਭਾਈ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ। ਸੋ ਅਸੀਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ 8 ਜਨਵਰੀ ਨੂੰ ਕਿਸੇ ਨੇ ਪਾਸੇ ਆਸੇ ਨਹੀਂ ਜਾਣਾ, ਦੋਧੀਆਂ ਨੂੰ ਦੁੱਧ ਨਹੀਂ ਪਾਉਣਾ, ਘਰੇ ਖੋਆ ਕੱਢ ਲਓ, ਲੋਹੜੀ ਵੀ ਆ ਗਈ, ਬੱਚੇ ਖਾ ਲੈਣਗੇ। ਇਵੇਂ ਜਿਵੇਂ ਕਿਸੇ ਨੇ ਹਰਾ ਚਾਰਾ ਅਤੇ ਫਲ ਸਬਜ਼ੀਆਂ ਸ਼ਹਿਰ 'ਚ ਲੈ ਕੇ ਨਹੀਂ ਜਾਣਾ, ਸੜਕਾਂ ਸੁੰਨੀਆਂ ਦਿਖਣ, ਤਾਂ ਭਾਈ ਆਪਣੀਆਂ ਮੰਗਾਂ 'ਤੇ ਇਹ ਸਰਕਾਰਾਂ ਮੋਦੀ ਸ਼ਾਹ ਦੀ ਜੋੜੀ ਹੈ ਜਿਹੜੀ ਉਹ ਕੋਈ ਗੌਰ ਕਰੂਗੀ। ਨਹੀਂ ਤਾਂ ਉਹ ਚਾਹੁੰਦੇ ਆ ਵੀ ਹਿੰਦੂਆਂ ਨੂੰ ਸੁੱਖਾਂ ਨਾਲ ਲੜਾ ਦਈਏ, ਹਿੰਦੂਆਂ ਨੂੰ ਮੁਸਲਮਾਨਾਂ ਨਾਲ ਲੜਾ ਦਈਏ। ਹਿੰਦੂ ਮੁਸਲਮਾਨ ਦੇ ਨਾਂ 'ਤੇ ਦੰਗੇ ਕਰਾਉਣਾ ਚਾਹੁੰਦੇ ਸੀ ਪਰ ਹੋਏ ਨਹੀਂ। ਪਰ ਕੱਲ੍ਹ ਤੁਹਾਡੇ ਸਾਹਮਣੇ ਵੀ ਮੱਧ ਪ੍ਰਦੇਸ਼ ਦੇ ਵਿੱਚ ਆਪਣੇ ਜਿਹੜਾ ਸਿੱਖ ਭਾਈਚਾਰਾ ਰਹਿੰਦਾ ਸੀ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਸਰਕਾਰ ਨੇ, ਘਰ ਘਰ ਢਾਹ 'ਤੇ ਫੜ ਕੇ ਜੇਲ੍ਹਾਂ 'ਚ ਬੰਦ ਕਰਤਾ, ਪਰਚੇ ਦਰਜ ਕਰਤੇ, ਅੱਜ ਵਾਲੀਆਂ ਅਖਬਾਰਾਂ ਭਰੀਆਂ ਪਈਆਂ ਨੇ। ਸੋ ਇਹ ਜਿਹੜਾ ਹੋ ਹੱਲਾ ਹਿੰਦੁਸਤਾਨ ਦੇ ਵਿੱਚ ਕਰਾ ਰਹੀਆਂ ਨੇ ਸਰਕਾਰਾਂ, ਇਹ ਤੋਂ ਹੱਕ ਕੇ ਸਾਰੇ ਮਜ਼ਦੂਰ ਮੁਲਾਜ਼ਮ ਜਿੰਨੇ ਵੀ ਮਹਿਕਮੇ 'ਚ ਕੰਮ ਕਰਨ ਵਾਲੇ ਲੋਕ ਨੇ ਉਹ ਵੀ 8 ਜਨਵਰੀ ਨੂੰ ਹੜਤਾਲ ਕਰ ਰਹੇ ਨੇ। ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਪੜ੍ਹਦੇ ਮੁੰਡੇ ਕੁੜੀਆਂ ਦੀਆਂ 80 ਜਥੇਬੰਦੀਆਂ ਬਣੀਆਂ ਹੋਈਆਂ ਨੇ, ਉਹਨਾਂ ਵੱਲੋਂ ਵੀ ਬਾਈਕਾਟ ਕੀਤਾ ਜਾਊਗਾ ਕਲਾਸਾਂ ਦਾ। 8 ਜਨਵਰੀ ਨੂੰ ਯੂਨੀਵਰਸਿਟੀਆਂ ਕਾਲਜ ਬੰਦ ਰਹਿਣਗੇ, ਰੋਡਵੇਜ਼ ਬੰਦ ਰਹੇਗੀ। ਸੋ ਸਮੁੱਚੇ ਨਗਰ ਨਿਵਾਸੀਆਂ ਨੂੰ ਅਸੀਂ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਵੀ ਭਾਈ ਜੇ ਆਪਣੀਆਂ ਮੰਗਾਂ ਮਨਵਾਉਣੀਆਂ ਨੇ ਤਾਂ 8 ਜਨਵਰੀ ਨੂੰ ਪੰਜਾਬ ਦੀਆਂ ਸੜਕਾਂ ਸੁੰਨੀਆਂ ਦਿਖਣੀਆਂ ਚਾਹੀਦੀਆਂ ਨੇ। ਕੋਈ ਵੀ ਕਿਸਾਨ ਵੀਰ ਪਾਸੇ ਆਸੇ ਨਾ ਜਾਵੇ, ਰਿਸ਼ਤੇਦਾਰੀ 'ਚ ਨਾ ਜਾਵੇ, ਸ਼ਹਿਰ 'ਚ ਨਾ ਜਾਵੇ, ਆਪਣਾ ਦੁੱਧ ਨਾ ਪਾਇਆ ਜਾਵੇ, ਫਲ ਸਬਜ਼ੀਆਂ ਅਤੇ ਹਰਾ ਚਾਰਾ ਟਾਲਰਾਂ 'ਤੇ ਸਿੱਟਣ ਵਾਸਤੇ ਜਿਹੜੇ ਲਿਜਾਂਦੇ ਨੇ ਕਿਸਾਨ ਉਹ ਨਾ ਲੈ ਕੇ ਜਾਣ। ਅਤੇ ਆਪਾਂ 1 ਵਜੇ ਤੋਂ 3 ਵਜੇ ਤੱਕ ਮਾਨਸਾ ਰੇਲ ਵੀ ਰੋਕਣੀ ਹੈ। ਸੋ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਵੀ ਜਿੰਨੇ ਮਾਨਸਾ ਪਹੁੰਚ ਸਕਦੇ ਨੇ ਜਥੇਬੰਦੀਆਂ ਦੇ ਝੰਡੇ ਥੱਲੇ ਮਾਨਸਾ ਪਹੁੰਚਣ, ਅਤੇ ਜਿਹੜੇ ਸਾਥੀ ਜਾ ਨਹੀਂ ਸਕਦੇ ਕਿਰਪਾ ਕਰਕੇ ਉਹ ਸੜਕ 'ਤੇ ਕੋਈ ਵਹੀਕਲ ਲੈ ਕੇ ਨਾ ਚੜ੍ਹਨ, ਉਸ ਦਿਨ ਘਰਾਂ 'ਚ ਆਰਾਮ ਕਰਨ, ਕਿਉਂਕਿ ਕਿਸਾਨਾਂ ਨੇ 8 ਜਨਵਰੀ ਨੂੰ ਹੜਤਾਲ ਕਰਕੇ ਪੇਂਡੂ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਹੋਇਆ। ਸੋ ਉਮੀਦ ਹੈ ਤੁਸੀਂ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਸਾਡੇ ਇਸ ਸੱਦੇ ਨੂੰ ਕਬੂਲ ਕਰੋਗੇ ਅਤੇ 8 ਜਨਵਰੀ ਨੂੰ ਪੇਂਡੂ ਭਾਰਤ ਬੰਦ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।